ਅੱਜ ਲੁਧਿਆਣਾ ਦੇ ਸਪ੍ਰਿੰਗਡੇਲ ਪਬਲਿਕ ਸਕੂਲ ਵਿਖੇ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਸ਼ਨ ਜੱਜ ਗੁਰਵੀਰ ਸਿੰਘ, ਟ੍ਰੈਫਿਕ ਇੰਚਾਰਜ ACP ਗੁਰਦੇਵ ਸਿੰਘ ਅਤੇ ਮੈਡਮ ਅਵਿਨਾਸ਼ ਕੌਰ, ਡਾਇਰੈਕਟਰ ਸਪ੍ਰਿੰਗਡੇਲ ਸਕੂਲ, ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ 96% ਨੰਬਰ ਲੈਣ ਵਾਲੇ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੈਸ਼ਨ ਜੱਜ ਗੁਰਵੀਰ ਸਿੰਘ ਨੇ ਸਕੂਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਅਤੇ ਪੜ੍ਹਾਈ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸ਼ਾਬਾਸ਼ੀ ਦੇ ਕੇ ਹੌਸਲਾ ਅਫਜ਼ਾਈ ਕੀਤੀ। ਸਪ੍ਰਿੰਗਡੇਲ ਸਕੂਲ ਦੇ ਐਨੂਅਲ ਪ੍ਰੈਜੀਟੇਸ਼ਨ ਫੰਕਸ਼ਨ 'ਤੇ ਆ ਕੇ ਬਹੁਤ ਹੀ ਵਧੀਆ ਲੱਗਿਆ। ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਪੜ੍ਹਾਈ ਦੇ ਨਾਲ ਨਾਲ, ਜਿਹੜਾ ਕੋ ਕਰਿਕੁਲਰ ਐਕਟੀਵਿਟੀਜ਼ ਮੈਡਮ ਵਾਲੀਆ ਨੇ ਇਹ ਕੀਤਾ ਹੋਇਆ ਹੈ, ਇਹਦੇ ਨਾਲ ਬਹੁਤ ਹੀ ਲੋਕਾਂ ਨੂੰ ਫਾਇਦਾ ਹੋਏਗਾ। ਬੱਚੇ ਜੋ ਅੱਜ ਇਹਨਾਂ ਪਾਰਟੀਸਪੇਟ ਕਰਦੇ ਆ ਐਕਟੀਵਿਟੀਜ਼ ਦੇ ਵਿੱਚ, ਵੱਡੇ ਹੋ ਕੇ ਡੈਫੀਨੇਟਲੀ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਉਂਦੇ ਆ। ਜਿਹੜੇ ਬੱਚੇ ਸਿਰਫ ਪੜ੍ਹਾਈ 'ਚ ਬਿਜ਼ੀ ਰਹਿੰਦੇ ਆ ਜਾਂ ਕੁਛ ਵੀ ਨਹੀਂ ਕਰਦੇ, ਉਹੀ ਡਰੋਪ ਆਊਟ ਹੁੰਦੇ ਹਨ, ਉਹੀ ਮੁੜ ਕੇ ਕ੍ਰਿਮੀਨਲ ਐਕਟੀਵਿਟੀਜ਼ ਜਾਂਦੇ ਹਨ ਅਤੇ ਉਹੀ ਜਿਹੜੇ ਸਮਾਜ ਲਈ ਖਤਰਨਾਕ ਬਣਦੇ ਹਨ। ਸੋ ਮੈਡਮ ਵਾਲੀਆ, ਇਹਨਾਂ ਦੀ ਟੀਮ, ਇਹਨਾਂ ਦੇ ਪ੍ਰਿੰਸੀਪਲ, ਇਹਨਾਂ ਦੀ ਫੈਕਲਟੀ, ਸਾਰੇ ਪੇਰੈਂਟਸ, ਸਾਰੇ ਹੀ ਵਧਾਈ ਦੇ ਪਾਤਰ ਹਨ। ਇੰਨਾ ਕਹਿੰਦੇ ਮੈਂ ਇਹਨਾਂ ਨੂੰ ਦੁਆ ਕਰਾਂਗਾ ਵੀ ਇੱਦਾਂ ਹੀ ਸਕੂਲ ਦੇ ਦੁਗਣੀ ਰਾਹ ਚੱਲ। KDT ਨਿਊਜ਼ TV ਲੁਧਿਆਣਾ। Mrs. Avinash Korwalia, Managing Director, Sada Sukhdev Singh, President.